ਬਰੇ ਹਰ ਸ਼ੀਤਾ ਤੁਹਾਡਾ ਭਾਈ ਰਸਾਇਣ ਦਾ ਭਾਈ ਗੁਰਸਿਮਰਨ ਸਿੰਘ ਢਿੱਲੋਂ ਅਸੀਂ ਅੱਜ ਆਏ ਆ ਇੱਥੇ ਇਹਦਾ ਲਾਅ ਸ਼ੂਟ ਕਰਨ ਲਈ ਵੈਸੇ ਸਭ ਤੋਂ ਪਹਿਲਾਂ ਤੁਹਾਨੂੰ ਪੁੱਛ ਲਿਆ ਤੁਸੀਂ ਵਧੀਆ ਤੁਹਾਡਾ ਤੁਹਾਡੇ ਘਰ ਬਾਰ ਸਾਰੇ ਵਧੀਆ ਕਿਸੇ ਨੂੰ ਕਰੋਨਾ ਪੋਜ਼ਿਟਿਵ ਤਾਂ ਨਹੀਂ ਹੈਗਾ ਜੇ ਕੋਈ ਕਰੋਨਾ ਪੋਜ਼ਿਟਿਵ ਹੈਗਾ ਤਾਂ ਦੱਸ ਦਿਓ ਅਸੀਂ ਫ੍ਰੀ ਚ ਲਾ ਦੇਖ ਲਾਉਂਦੇ ਫਿਰ ਅਸੀਂ ਦੁਆ ਕਰਾਵਾਂਗੇ ਰੱਬ ਤੋਂ ਸਾਡੇ ਮਤਲਬ ਕੁਛ ਹੈਗੇ ਆ ਬੰਦੇ ਬਥਾਰੇ ਬਖੂਰੀ ਉਹ ਤੁਹਾਨੂੰ ਦੁਆ ਦੇਣਗੇ ਆ ਕੇ ਮਾੜਾ ਮੋਟਾ ਉਹਨਾਂ ਦੇ ਮੂਹਰੇ ਇਹਨਾਂ ਨੂੰ ਇੱਕ ਦੋ ਚਿੱਲਰ ਰੁਪਇਆ ਦੇ ਦਿਓ ਉਹ ਤੁਹਾਨੂੰ ਦੁਆ ਦੇਣਗੇ ਤੁਹਾਡੇ ਘਰਦਿਆਂ ਦੀ ਕਿਸੇ ਨੂੰ ਕਰਾਉਣ ਆਉਣਾ ਹੋਵੇ ਵੈਸੇ ਤਾਂ ਹੁਣ ਆਪਾਂ ਜਾਣਦੇ ਹਾਂ ਕਿ ਕਰੋਨਾ ਦਾ ਸੀਜ਼ਨ ਦੁਬਾਰਾ ਤੋਂ ਵਾਪਸ ਆ ਰਿਹਾ ਪਤਾ ਨਹੀਂ ਕਰੋਨਾ ਨੂੰ ਕਿਹੜੀ ਬਿਮਾਰੀ ਆ ਜਦੋਂ ਮਾੜੇ ਆਹ ਨਵਾਂ ਸਾਲ ਸ਼ੁਰੂ ਹੁੰਦਾ ਵਾ ਨਾਲ ਦੀ ਨਾ ਸਾਰਾ ਕੁਛ ਕੰਮ ਖਰਾਬ ਹੋ ਗਿਆ ਇਸ ਵਾਰ ਤਾਂ 15 ਤਰੀਕ ਤੋਂ ਤੱਕ ਤਾਂ ਇਹ ਸਕੂਲ ਸਾਡੇ ਬੰਦ ਆ ਉਹਨਾਂ ਤੱਕ ਤਾਂ ਹੁਣ ਸਾਡੇ ਵਲੋਗ ਕੰਟੀਨਿਊਸਲੀ ਆਏ ਕਰਨਗੇ ਬਟ ਉਸ ਤੋਂ ਪਹਿਲਾਂ ਹਜੇ ਤੱਕ 30 ਤਰੀਕ ਦਾ ਤਾਂ ਇਹ ਕੁਛ ਹੈ ਨਹੀਂ ਗਾ ਕਹਿੰਦੇ ਕਿ 30 ਤਰੀਕ ਤੱਕ ਵੀ ਬੰਦ ਹੋ ਸਕਦੇ ਆ ਸਾਡੇ ਵਲੋਗ ਦੇ ਕੰਟੀਨਿਊਸਲੀ ਚੱਲਣਗੇ ਤੁਸੀਂ ਵਜਾ ਸਪੋਰਟ ਦਿਖਾਈ ਚੱਲਿਓ ਸਾਡੇ ਚੈਨਲ ਨੂੰ ਅਤੇ ਕਿਉਂਕਿ ਸਭ ਤੋਂ ਵੱਡੀ ਗੱਲ ਸਾਡਾ ਚੈਨਲ ਆਹੀ ਜਿਹੜਾ ਤੁਸੀਂ ਸਾਡੇ ਨਾਲ ਹੋ ਅਤੇ ਤੁਸੀਂ ਸਾਡੇ ਨਾਲ ਕਿਉਂਕਿ ਅਸੀਂ ਤੁਹਾਡੇ ਨਾਲ ਸੋ ਆਉਣ ਅਸੀਂ ਸਪੈਸ਼ਲ ਮਹਿਮਾਨ ਨਾਲ ਬੁਲਾਉਣ ਜਾ ਰਹੇ ਹਾਂ ਜਿਹੜਾ ਅੱਜ ਸਾਡੇ ਵਲੋਗ ਦਾ ਸਭ ਤੋਂ ਮੇਨ ਪਾਰਟਨਰ ਰਿਹਾ ਕਰੂਗਾ ਉਹ ਦੁਹਾਨੇ ਆ ਸਾਡਾ ਪਿੱਛੇ ਸੋ ਆਹ ਉਹ ਪਾਰਟਨਰ ਮੇਰਾ ਖੜਾ ਵਾ ਤਾਂ ਖੇਡੀਆਂ ਦੱਸਦਾ ਇਹ ਭੱਜਿਆ ਫਿਰਦਾ ਸੀ ਇਸ ਤਰ੍ਹਾਂ ਫਿਰ ਨੂੰ ਬੰਨਣਾ ਪਿਆ ਹੋਰ ਬੰਬਲਾ ਜਿਵੇਂ ਉਹ ਹੁਣ ਮੇਰਾ ਜਦੋਂ ਆਪਾਂ ਸੁਣੇ ਸੀ ਇਹਨੂੰ ਤਾਂ ਫੋਨ 'ਤੇ ਲੈ ਚੁੱਕੇ ਹਾਂ ਹੋਰ ਚੱਲੀ ਚੱਲੀਏ ਹੁਣ ਅਸੀਂ ਆਪਦਾ ਗਾਂਹ ਤੱਕ ਦਾ ਸਾਡਾ ਵਲੋਗ ਸ਼ੂਟ ਹੋਊਗਾ ਅਸੀਂ ਤੁਹਾਨੂੰ ਇੱਥੋਂ ਇੱਕ ਏਰੀਆ ਤੁਹਾਨੂੰ ਪੂਰਾ ਪੂਰਾ ਵਧੀਆ ਦਾ ਖੇਤਾਂ ਵਿੱਚ ਵਿਊ ਲੈਣ ਨੂੰ ਆਇਆ ਆਵੇ ਹਾਂ ਇਹਦੇ ਤੁਸੀਂ ਜਿਹੜੇ ਆ ਕੇ ਆਪਦਾ ਇੱਥੇ ਜਿਹੜੀ ਪਿਕ ਵਗੈਰਾ ਕਲਿੱਕ ਕਰਨੀ ਆ ਇਸਦੇ ਕਰ ਵੀ ਸਕਦੇ ਹੋ ਉਹਦੀ ਪਿਕ ਖਿੱਚਦੇ ਤਾਂ ਸਾਰਿਆਂ ਨੂੰ ਪਤਾ ਹੀ ਹੁਣ ਤਾਂ ਪੰਜਾਬੀ ਵੀ ਰਿਹਾ ਮੇਰੇ ਇਹਦਾ ਹੋਰ ਵੀ ਲੋਕ ਉਹਨਾਂ ਨੂੰ ਪਤਾ ਹੀ ਖੇਤਾਂ ਸਭ ਤੋਂ ਵਿਊ ਖੇਤਾਂ 'ਚ ਹੁੰਦਾ ਵਾ ਅਤੇ ਹੁਣ ਅਸੀਂ ਬਾਅਦ ਪਿੱਛੇ ਚੱਲੇ ਚੱਲੋ ਹਾਂ ਅਸੀਂ ਤਾਂ ਹੁਣ ਜਗ੍ਹਾ ਤਾਂ ਹੋਣ ਲੱਗੇ ਹਾਂ ਅਸੀਂ ਆਏ ਤਾਂ ਮਤਲਬ 4 ਮਹੀਨੇ ਪਹਿਲਾਂ ਅਸੀਂ ਮੈਕਸ ਟਕਾ ਤੱਕ ਅਤੇ ਇੰਸਟਾਗ੍ਰਾਮ ਵਰਗੀ ਐਪਸ ਕੁਛ ਵੀਡੀਓਜ਼ ਬਣਾਈਆਂ ਸੀਗੀਆਂ ਉਹਨਾਂ ਵੀ ਤੁਹਾਨੂੰ ਕਾਫੀ ਵਧੀਆ ਆ ਮਤਲਬ ਮਿਲਿਆ ਸੀਗਾ ਸਪੋਰਟ ਲੋਕਾਂ ਦਾ ਇਹੀ ਤਾਂ ਹੁੰਦਾ ਵਾ ਯੂਟਿਊਬ 'ਤੇ ਆਹ ਇਹੋ ਐਪਸ ਵਿੱਚ ਲੋਕ ਐਪਸ ਜਿਹੜੇ ਇਹੋ ਜਿਹੇ ਆ ਜਿਵੇਂ ਕਿ ਮੈਕਸ ਟਕਾ ਤੱਕ ਇੰਸਟਾਗ੍ਰਾਮ ਮੌਜ ਟਿਕਟੋਕ ਇਹਨਾਂ 'ਤੇ ਛਬਰੀ ਲੋਕਾਂ ਦੇ ਕਰਕੇ ਇਹਨਾਂ ਨੂੰ ਬਾਹਲਾ ਸਪੋਰਟ ਮਿਲਦਾ ਬਟ ਯੂਟਿਊਬਰਸ ਨੂੰ ਘੱਟ ਮਿਲਦਾ ਵਾ ਪਰ ਹੁਣ ਅੱਜ ਤੋਂ ਅੱਜ ਸਾਡਾ ਪਹਿਲਾ ਵਲੋਗ ਸੀਗਾ ਕੋਈ ਜੇ ਕੋਈ ਗਲਤੀ ਹੋਈ ਤੁਹਾਨੂੰ ਕਮੈਂਟ ਸੈਕਸ਼ਨ 'ਚ ਦੱਸ ਵੀ ਦਿਓ ਅਤੇ ਅਸੀਂ ਇਹਦੇ ਇੱਕ ਸਪੈਸ਼ਲ ਬੰਦੇ ਜਿਹੜਾ ਮੇਰਾ ਸਪੈਸ਼ਲ ਬੰਦੇ ਤੋਂ ਇਹਦਾ ਇੰਟਰੋਡਕਸ਼ਨ ਵੀ ਦੇ ਦਈਏ ਇਹਦਾ ਨਾਮ ਆ ਨੈਣਾ ਇਹ ਸਭ ਮਤਲਬ ਮੇਰੀ ਪੈਟ ਆ ਇਹ ਮਤਲਬ ਸਟਾਰਟਿੰਗ 'ਚੋਂ ਸਾਨੂੰ ਪਹਿਲਾਂ ਵਾਲੀ ਵੀਡੀਓਸ 'ਚ ਕਾਫੀ ਜ਼ਿਆਦਾ ਇਹਨੇ ਸਪੋਰਟ ਦਿੱਤਾ ਸੀਗਾ ਜਿਹਨੂੰ ਸੈਰ ਕਰਨ ਲੈ ਕੇ ਆਉਂਦੇ ਹੁੰਦੇ ਆ ਅਤੇ ਇਹਦੀ ਉਮਰ ਹੈਗੀ ਆ 4 ਸਾਲ ਅਤੇ ਡੇਟ ਸੁਣ ਸਾਰਿਆਂ ਨੂੰ ਪਤਾ ਹੀ ਪਰ ਨਹੀਂ ਪਤਾ ਤਾਂ ਮੈਂ ਪਤਾ ਲਿਮੋ ਜਨ ਬਰੀਡ ਆ ਸੋ ਜੇ ਕਿਸੇ ਨੇ ਲੈਣੀ ਹੋਈ ਤਾਂ ਅਸੀਂ ਵੇਚਣੀ ਨਹੀਂ ਕਤੂਰੇ ਲੈ ਸਕਦੇ ਪਰ ਇਹ ਇਹ ਨਹੀਂ ਵੇਚਣੀ ਕਿਉਂਕਿ ਘਰਦਿਆਂ ਦੀ ਮਰਜ਼ੀ ਹੈ ਨਹੀਂ ਗੀ ਇਹਨੂੰ ਵੇਚਣ ਦੀ ਸੋ ਹੁਣ ਇੱਧਰੋਂ ਟਾਇਰ ਰੈਕਟ ਅੱਖੀ ਚੱਲੇ ਇੱਕ ਤਾਂ ਇੱਥੇ ਉਹਨੇ ਦੋਨੇ ਸਾਡੇ ਸਾਨੂੰ ਸਿੱਖੀ ਵੇ ਤੁਹਾਨੂੰ ਦੋਨੇ ਨਹੀਂ ਪਤਾ ਬਾਕੀ ਸਾਰਿਆਂ ਨੂੰ ਰਿਸ਼ਤੇ ਵਿਆਹ ਜਾਣਾ ਚੰਗਾ ਨਹੀਂ ਮਿਲਿਆ ਜਾਂਦਾ ਸੋ ਕਿਵੇਂ ਮੈਂ ਜਾਂਦਾ ਵੀ ਕਿਉਂਕਿ ਕਿਵੇਂ ਜਿਹਾ ਚੰਗਾ ਨਹੀਂ ਮਿਲਿਆ ਸੋ ਆਪਾਂ ਕਿਉਂ ਕਰ ਜਾਣਾ ਵਾ ਬਟ ਹੁਣ ਇਹੋ ਸਾਡਾ ਵਲੋਗ ਇੱਕ ਨਵੀਂ ਸ਼ੇਪ 'ਚ ਘੁੰਮ ਜਾਂਦਾ ਵਾ ਆ ਜਾਓ ਚਲੋ ਗਾਇਸ ਆਪਾਂ ਉੱਧਰ ਚੱਲਦੇ ਹਾਂ ਅਤੇ ਮੇਰਾ ਨਾਮ ਹੈਗਾ ਰੋਬਨ ਮੈਂ ਹੈਗਾ ਕੈਮਰਾਮੈਨ ਬਾਈ ਦਾ ਚਲੋ ਚਲੋ ਅਜਾ ਆਪਾਂ ਕੁੱਤੀ ਨੂੰ ਗੇੜਾ ਕਢਾਉਂਦੇ ਹਾਂ ਚਲੋ ਕੈਮਰਾਮੈਨ ਨਹੀਂ ਪਤਾ ਲੱਗਿਆ ਕੌਣ ਕੈਮਰਾਮੈਨ ਦੀ ਸ਼ਕਲ ਅਗਲੇ ਐਪੀਸੋਡ 'ਚ ਦਿਖਾਵਾਂਗੇ ਨਹੀਂ ਅਗਲੇ ਐਪੀਸੋਡ 'ਚ ਨਹੀਂ ਸਾਡੇ 500 ਸਬਸਕ੍ਰਾਈਬਰ ਹੋ ਗਏ ਤੁਹਾਨੂੰ ਕੈਮਰਾਮੈਨ ਤੁਹਾਨੂੰ ਪਿੱਕ ਦੇਖਣ ਨੂੰ ਮਿਲੂਗੀ ਅਤੇ ਇਹ ਤੋਂ ਬਾਅਦ ਜੇ ਕੁਛ ਲੋਕ ਚਾਹੁੰਦੇ ਤੁਸੀਂ ਇੱਕ ਗੇਮਿੰਗ ਚੈਨਲ ਵੀ ਬਣਾਈਏ ਅਸੀਂ ਇੱਕ ਗੇਮਿੰਗ ਚੈਨਲ ਵੀ ਬਣਾਵਾਂਗੇ ਜਿਵੇਂ ਸਾਡੇ ਕੈਮਰਾਮੈਨ ਕਾਫੀ ਪ੍ਰੋ ਪਲੇਅਰ ਆ ਫ੍ਰੀ ਫਾਇਰ ਦੇ ਸੋ ਇਹਨਾਂ ਉੱਤੇ ਅਸੀਂ ਇਹਨਾਂ ਦੇ ਚੈਨਲ ਇਹਨਾਂ ਦੇ ਨਾਮ 'ਤੇ ਅਸੀਂ ਚੈਨਲ ਵੀ ਖੋਲ੍ਹਾਂਗੇ ਸੋ ਤੁਸੀਂ ਕਾਫੀ ਜ਼ਿਆਦਾ ਸਪੋਰਟ ਰੱਖਿਓ ਆਪਾਂ ਪਹਿਲਾਂ ਸਾਡਾ ਆਹ ਵਲੋਗਿੰਗ ਚੈਨਲ ਸਾਡੇ ਹੋਰ ਲਾਈਵ ਐਕਸਲ ਚੈਨਲ ਇਹ ਸਾਰੇ ਚੈਨਲ ਇੱਕ ਵਾਰ ਪੂਰੇ ਸਹੀ ਹੋ ਜਾਣ ਉਸ ਤੋਂ ਬਾਅਦ ਵਿੱਚ ਅਸੀਂ ਗਾਂਹ ਜਾਵਾਂਗੇ ਸਟੋਪ ਪਰ ਇੱਥੋਂ ਅਸੀਂ ਹੌਲੀ ਹੌਲੀ ਅਸੀਂ ਗਾਂਹ ਲੈ ਕੇ ਜਾਂਦੇ ਤੁਹਾਨੂੰ ਇਹਦਾ ਮੋਇ ਨਾ ਪੂਰੇ ਹੱਕ ਵਿਊ ਵਗੈਰਾ ਦਿਖਾ ਦਿਓ ਲੋਕਾਂ ਨੂੰ ਅਤੇ ਤੁਸੀਂ ਇਹਦਾ ਵਿਊ ਤਾਂ ਇੰਜੋਇਮੈਂਟ ਕਰੋ ਅਸੀਂ ਇਹਦਾ ਤਾਂ ਅਸੀਂ ਇਹਦੇ ਅੱਡੇ ਤੱਕ ਪਹੁੰਚਦੇ ਹਾਂ ਸੋ ਇੱਥੋਂ ਇੱਕ ਹੁਣ ਇੱਕ ਸਪੈਸ਼ਲ ਚੀਜ਼ ਦਿਖਾਉਂਦੇ ਹਾਂ ਸੋ ਜਿਹੜਾ ਹਾਈਵੇ 'ਤੇ ਪਾਰ ਇੱਕ ਬੰਦੇ ਦਾ ਘਰ ਆ ਸਾਡਾ ਦੋਸਤ ਸੀਗਾ ਪਹਿਲਾਂ ਉਹਨਾਂ ਦੇ ਸਾਡੇ ਪਹਿਲੇ ਵਾਲੇ ਕਾਫੀ ਵਲੋਗਸ ਵਿੱਚ ਮਤਲਬ ਸਾਡੇ ਨਾਲ ਹੁੰਦਾ ਵਾ ਪਰ ਉਹ ਨਾ ਪਤਾ ਨਹੀਂ ਕੀ ਹੈਗਾ ਉਹਦੀ ਬਿਮਾਰੀ ਟਾਈਪ ਜਿਹੜਾ ਸਕੂਲੇ ਨਹੀਂ ਜਾ ਸਕਦਾ ਫਿਰ ਇਹਨੂੰ ਬੜੀ ਬਿਮਾਰੀ ਲੱਗ ਜਾਂਦੀ ਆ ਵਿਚਾਰਾ ਮਸਾਂ ਮਹੀਨੇ ਕੀ ਜਾਂਦਾ ਵਾ ਬਾਹਰ ਸਕੂਲ ਵੇਲੇ ਨੂੰ ਉਹਦੋਂ ਵਿਚਾਰੇ ਨੂੰ ਬਿਮਾਰੀ ਹੋ ਜਾਂਦੀ ਆ
हाँ पर तुम उसका नाम नहीं दसन रहे, अगले ब्लॉग तुम्हें नाम भी दसागे और तुम्हारे घर तक भी लेके जावे, थोड़ा बंद भी बुलावे, बस आ नहीं दसना कि बंदा है कि एक होर भी चीज वो बंद घर ये हाईवे दूसरी पास आ, तो थोड़ा जी कल एक स्टोरी भी सुनावे और बंद की जी काफ़ी हादसे वाली है, तो मैंने तो काफ़ी बेकार लगी सी स्टोरी, हाँ स्टोरी हूँ हादसे वाली आ। तो ये हम असं इधरों जा रहे हैं आपके घर वालों, पर हमें तो अच्छी घर नहीं दिखा हजे तक, वो सारा कुछ जिदन साडा कैमरामैन रिवील हो सदन के घर उदन भी नहीं रिवील होने, सभी पूरा पैसा छाप लैन दो, छाप लैन सारा पैसा उस तो बाद करा पर साड़ी सड़क बनी दी है लोगों ने, पता नहीं किसी कमरे अजक के लोग आए किसी नशे की रात भन के चलिया गया इन सड़क कमला जहाँ रोड रोड देखो देखो गड्डी खड़ी इधर घर को अपनी कुत्ती नैना इहदा नाम है नैना, चलो देखी जाओ ब्लॉग जुड़े रहो, बट हजे भी थोड़ा ब्लॉग नहीं होया। सो इतने अभी आ रहे हैं आपके एक स्पेशल प्लेस से, साड़ी सब तो पहला एक यह जी मूवमेंट भी इतने ही आया थी, मतलब असं इतने जा रहे थे मतलब गर्मियों का मौसम जो खेल चढ़ा रहे थे सारे जने, मैं मेरा साडा दोस्त है कैमरामैन, साडा कैमरामैन का दोस्त आ वो तो मेरा भी दोस्त आ, असं तिने जने इतने खेल चढ़ा रहे थे, तो साढ़े घर दे आ गए यानी कि कैमरामैन के घर दे आ गए, तो उन्होंने सूँ फड़ लिया, उदो बहुत मुश्किल ना मैं तो उतो भजे पर मेरे घरद का खून पहले ही जा चुका है, इस करके मेरा ही पटाखा पिया, तो कैमरामैन के घर दे बेचारा मैंने दो दिन मैंने कैमरामैन बारे पता लगे कि कैमरामैन के लत्त बह तोड़िया पी कैमरामैन बेचारा व्हील चेयर तो लंबा पिया, बेचारे व्हील चेयर तो लेके आई, बड़ा माड़ा काम हो गया सा, पर हम इधर जा नहीं सकते तो कि इतने असू लेके जाना वा उदो राह खराब आ, तो इधरों से एक होर थोड़ा गांह राह हों थोड़ा जी पर थोड़ा है गांह जी नाल आ गया वा, इधर उस मोड़ के लैके जाते आपते जगह दे सब तो पहला नहीं आते उस चीज़ के, सब तो पहला आते रहे थे वो जगह हम सारी बुक हो चुकी है, पर हाँ असं हाँ बी कोठी है और दसो जे तुम नहाना तो गल करो आप चला लाँगे मोटर, या फिर जे किसी ने सुसाइड करना इतने सड़ देंगे उन्होंने, हाँ थोनू ब्लॉक बनाने कह देंगे, जे तुम कमेंट करो तो असं इतने नहा के दिखावे ठंड च, हाँ ठंड मैन ना कैमरा मैन नहाऊगा, हाँ मैं नहाऊ चैलेंज चली कर रहे हैं इधर सब्जियां बीजियां इधर काट ला हिल जाई पिया इधर नहीं पता लगता कदे कदे जामना भी हुंदगा वा ते आपा गर्म आ जामना भी खाना आ करेंगे, बस तुसी जुड़े रहो, चलो ਤਾਂ ਹੁਣ ਅਸੀਂ ਉਹਦੇ ਦੇ ਅਗਰਾਂਗੇ, ਚਲੋ ਆਇਓ ਆਪਾਂ ਉਧਰ ਨੂੰ ਚੱਲਦੇ ਹਾਂ ਘਰਾਂ ਲਈ ਨੂੰ, ਤੁਹਾਨੂੰ ਦੂਜੇ ਕੋਈ ਕੁੱਤੇ ਮਿਲਾਉਨੇ ਆ, ਰੈਂਬੋ ਰੈਂਬੋ ਸਾਡਾ ਇੱਕ ਪੈਟ ਬੋਲ ਆ, ਪੈਟ ਬੋਲ ਆ ਫਾਈਟਰ ਕੁੱਤਾ, ਹਾਂਜੀ ਉਹ ਵੀ ਸਾਨੂੰ ਜਾਣਦੇ ਹੀ ਆ, ਸਾਡੇ ਉਹ ਕੈਮਰਾਮੈਨ ਨੂੰ ਵੀ ਜਾਣਦੇ ਆ ਮੈਨੂੰ ਵੀ ਜਾਣਦੇ ਆ, ਉਹਨਾਂ ਦਾ ਮੁੰਡਾ ਮੇਰੇ ਉਹਨਾਂ ਦਾ ਮੁੰਡਾ ਨਹੀਂ ਤਾਂ ਮੈਂ ਸਕੂਲੇ ਛੱਡ ਕੇ ਉਹਨਾਂ ਦਾ ਸਕੂਲੇ ਛੱਡ ਕੇ ਕਲਾਸ ਵਿੱਚ ਛੱਡ ਕੇ ਆਉਂਦਾ ਵਾ, ਇਸ ਕਰਕੇ ਉਹ ਮੈਨੂੰ ਕਾਫੀ ਹੱਦ ਤੱਕ ਜਾਣ ਕਾਫੀ ਜ਼ਿਆਦਾ ਹੀ ਜਾਣਦੇ ਆ ਸਾਨੂੰ, ਕਿਉਂਕਿ ਉਹ और तुसी जुड़े रहो आई साडा लाइक एंड सब्सक्राइब जरूर करना, आह देखो डिसलाइक भी बंदा कर नहीं सकता क्योंकि जो तुसी ठंडा पीने होने भाई आई ढक्कन पा के सिटिया करो, नहीं तो आपां नूं भाई आई पिया दिंदे आ ते आपां आई बीमार हो जाने आ, और वैसे भी बिजलरी दी बोतल ना हुंदा वा इन्ना क्या परमानेंट, हां देखो साडी सच नूरी भी बाहर आ गई, ਇਹ ਨੂਰੀ ਸਾਡੀ ਨਹੀਂ ਹੈਗੀ, ਇੱਕ ਸਾਡੀ ਨੂਰੀ ਸੀਗੀ, ਮਤਲਬ ਇੰਨਾ ਸਟੋਰੀ ਹੈਗੀ ਹੈ ਸਾਡੀ ਇਹਦੀ ਨਾਲ ਵੀ ਇਹਨਾਂ ਸਟਾਰਟਿੰਗ, ਹੈਲੋ ਇਹਨਾਂ ਸਟਾਰਟਿੰਗ ਇਹਨਾਂ ਕਹਾਣੀ ਜਰਾ ਹੋ ਗਈ, ਇਹਦੇ ਨਾਲ ਕੁੱਤੇ ਲੜ ਪਏ ਸੀਗੇ, ਅਸੀਂ ਕੋਈ ਬਚਾਈ ਸੀਗੀ ਅਤੇ ਅਸੀਂ ਆਪਦੇ ਕੋਲ ਰੱਖੀ ਸੀ ਘਰੇ, ਅਤੇ ਬਾਅਦ 'ਚ ਇੱਥੇ ਰਹਿਣ ਲੱਗ ਗਈ, ਮਾਲਕ ਨੇ ਸਾਥੋਂ ਲੈ ਲਈ, ਇਹਦੇ ਮਾਲਕ ਨੇ ਸਾਡੋਂ ਲੈ ਲਈ ਸੀਗੀ ਵਾਪਸ, ਜਦੋਂ ਮਾਲਕ ਬਿਮਾਰ ਬਿਮੂਰ ਹੋ ਗਏ ਸੀਗੇ ਉਦੋਂ ਕੈਮਰਾਮੈਨ ਬਾਈ ਨੇ ਆਪਦੇ ਘਰ ਰੱਖੀ ਸੀ, ਚਲੋ ਕੋਈ ਗੱਲ ਨਹੀਂ ਵੀਰੇ ਸਾਡੀ, ਚਲੋ ਜੁੜੇ ਰਹੋ ਚੁੱਪ ਕਰਕੇ, ਹਜੇ ਵੀ ਹੈ ਪਰ ਹਾਂ ਹੁਣ ਇੱਥੋਂ ਸਾਡਾ ਵਲੌਗ ਖਤਮ ਹੋ ਰਿਹਾ ਵਾ, ਇੱਥੇ ਤੁਹਾਨੂੰ ਕਹਿਣ ਜੀ ਗੁੱਛੇ ਦਾ ਵਲੌਗ ਖਤਮ ਕਰਾਂਗੇ।
ਉਹ ਕਹਿਣ ਡਿਆ ਬੋਲ ਸਾਡੇ ਕੈਮਰਾਮੈਨ ਦੀ ਰੀਅਲ ਆਇਡੈਂਟੀਟੀ ਆ, ਯਾਨੀ ਕਿ ਕੈਮਰਾਮੈਨ ਕੌਣ ਆ ਤੁਹਾਨੂੰ ਐਂਡਿੰਗ ਦਿਖਾ ਦਾਂਗੇ। ਇਹ ਸਾਡਾ ਪਹਿਲਾ ਚੀਜ਼ ਆ, ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਵਾਲਾ ਵੀ ਨੀ ਜੁੜਨਾ ਕੁਰਸਾਂ ਕਰੋਨਾ ਕਰ ਦੋ। ਸਾਡੇ ਇੱਥੇ ਪੈਲਸ ਵੀ ਹੈਗਾ ਸਾਡੇ ਘਰਾਂ ਕੋਲ, ਅਮਰਜੀਤ ਹਲਵਾਈ ਦਾ ਪੈਲਸ ਆ। ਜੇ ਕਿਤੇ ਜੇ ਕਿਤੇ ਇੱਥੇ ਆਏ ਆ ਜ਼ਰੂਰ ਸਾਡੇ ਨਾਲ ਮਿਲ ਕੇ ਜਾਣਾ, ਤੁਹਾਨੂੰ ਆਪਦਾ ਆਖਰੀ ਦਾ ਫੋਨ ਨੰਬਰ ਵੀ ਦੇਵਾਂਗੇ, ਆਪਦੀ ਇੰਸਟਾ ਦੀ ID ਦਾ ਵੀ ਦੇਵਾਂਗੇ ਉਹ 'ਤੇ, ਪਰ ਅੱਜ ਅਸੀਂ ਪਹਿਲੀ ਦਿਨ ਪੋਸਟ ਪਾਵਾਂਗੇ। ਚਲੋ ਬਸ ਜੁੜੇ ਰਹੋ। ਇਹ ਸਾਡਾ ਮਤਲਬ ਪਿੰਡ ਬੁੱਟਰ ਕਲਾਂ ਜਿਹੜਾ ਨਹੀਂ ਪਤਾ, ਚਲੋ ਤੁਹਾਨੂੰ ਆਪਦਾ ਕੁੱਤਾ ਦਿਖਾਉਂਦੇ ਹਾਂ। ਚਲੋ ਨਹੀਂ ਨਹੀਂ ਕੈਮਰਾਮੈਨ ਦੀ ਵੀਡੀਓ, ਤੁਹਾਡੀ ਵੀਡੀਓ ਰੀਅਲ, ਫਿਰ ਤੁਹਾਡੀ ਰੀਅਲ ਪਿੱਕ ਤੁਹਾਨੂੰ ਦਿਖਾਵਾਂਗੇ ਆਪਣੇ ਆਡੀਅੰਸ ਨੂੰ, ਕੈਮਰਾਮੈਨ ਦੀ ਰੀਅਲ ਪਿੱਕ। ਸੋ ਜਿਹਨੇ ਲੋਕਾਂ ਨੇ ਵੀ ਕੈਮਰਾਮੈਨ ਦੀ ਰੀਅਲ ਪਿੱਕ ਦੇਖਣੀ ਆ, ਸੋ ਉਹ ਥੋੜ੍ਹੇ ਬਹੁਤ ਦੇਰ ਲਈ ਇੰਤਜ਼ਾਰ ਕੀਜੀਏ। ਉਹ ਦੇਖੋ ਪਤੰਗ ਉੱਡੀ ਜਾਂਦੇ ਆ, ਚੱਲ ਕਿਸੇ ਦਿਨ ਆਪਾਂ ਪਤੰਗਾਂ ਦੀ ਵੀਡੀਓ ਬਣਾਵਾਂਗੇ ਬਾਈ। ਚਲੋ ਹਾਂਜੀ ਜੁੜੇ ਰਹੋ। ਮੇਰੇ ਕੈਮਰਾਮੈਨ ਦੀ ਰੀਅਲ ਆਇਡੈਂਟੀਟੀ, ਇਹ ਬੰਦਾ ਵੀ ਸਾਡਾ ਹੈਗਾ ਕਾਫੀ ਕਲੋਜ਼ ਫਰੈਂਡ ਆ, ਉਹਦਾ ਫਰੈਂਡ ਦੀ ਕਲੋਜ਼ ਅੰਕਲ। ਇਹ ਬੰਦਾ ਥੋੜ੍ਹਾ ਜਿਹਾ ਹੈਗਾ, ਬੰਦੇ ਨੂੰ ਨਾ ਦਿਮਾਗ ਸਿਰ ਦੀ ਬਿਮਾਰੀ ਹੈ ਇੱਕ, ਇਸ ਕਰਕੇ ਹੋਇਆ ਪਿਆ ਇਹੋ ਜਿਹਾ। ਉਹਦਾ ਬੰਦਾ ਤਾਂ ਕਾਫੀ ਚੰਗਾ, ਪਰ ਇਹਨੂੰ ਦਿਮਾਗ ਦੀ ਬ੍ਰਹਮ। ਚਲੋ ਜਿਹੜੀ ਕਹਾਣੀ ਦੀ ਤੁਹਾਨੂੰ ਦੇਰ ਸੀ ਉਹ ਹੁਣ ਤੁਹਾਨੂੰ ਦੇਰ ਨਹੀਂ ਕਰਨੀ ਪੈਣੀ, ਕਿਉਂਕਿ ਆਪਣਾ ਰੈਂਬੋ ਆ ਚੁੱਕਿਆ। ਅਤੇ ਅਸਲ 'ਚ ਕੈਮਰਾਮੈਨ ਦਾ ਰੀਅਲ ਨਾਮ ਰੋਬਨ ਨਹੀਂ, ਰੈਂਬੋ ਆ। ਅਤੇ ਬਾਈ ਚਲੋ ਤੁਹਾਨੂੰ ਰੈਂਬੋ ਨਹੀਂ ਮਿਲਾਉਂਦੇ ਹਾਂ, ਬਾਅਦ 'ਚੋਂ ਨਾਂ ਨੂੰ ਦੀ ਕਸ਼ਨ ਦੇਖੋ ਹੋ ਰਿਹਾ ਬਾਈ। ਰੈਂਬੋ ਤੋਂ ਅਸੀਂ ਇਹਦੇ ਨੇੜੇ ਤਾਂ ਜਾ ਨਹੀਂ ਸਕਦੇ, ਪੈਂਦਾ ਸਾਨੂੰ ਮਤਲਬ ਪੈਂਦਾ ਨਹੀਂ, ਸਾਡੀ ਕੁੱਤੀ ਨੂੰ ਪੈਂਦਾ, ਕਹਿੰਦੇ ਕੁੱਤੀ ਨੂੰ ਨਹੀਂ ਜਾਣਦਾ, ਸਾਨੂੰ ਤਾਂ ਬਹੁਤ ਟਾਈਮ ਤੋਂ ਜਾਣਦਾ ਬਾਈ। ਤਿੰਨ ਚਾਰ ਲੜਾਈਆਂ ਲੜੀਆਂ ਇਹਦਾ ਮਾਲ ਇੱਥੇ ਡੈਗ ਖੋਲਿਆ, ਗੱਡੀ ਗੁੱਡੀ ਧਵਾਉਣ ਆਏ ਫਿਰ ਮਿਲਿਓ, ਕੋਈ ਤਾਂ ਹੈਗਾ ਸਭ ਪੈ ਅਸੀਂ ਇੱਧਰ ਹੀ ਹੋਇਆ ਕਰਾਂਗੇ, ਪਰ ਜਿੱਦਾਂ ਤੁਸੀਂ ਕਹਿਤਾ ਇੱਧਰ ਦੀ ਆ ਜਾ ਆਲੇ ਜੇ ਕਿਛ ਠੀਕ ਆ ਪਤਾ ਲੱਗ। ਓਏ ਰੈਂਬੋ ਰੈਂਬੋ ਦਾ ਬੜਾ ਕਲੋਜ਼ ਅਪ ਦਿਖਾ ਦੋ ਰੈਂਬੋ ਦਾ, ਚਲੋ ਆਪਾਂ ਬਲੌਗ ਦਾ ਐਂਡ ਕਰਦੇ ਆ। ਅਗਲੀ ਵੀਡੀਓ ਚ ਮੈਂ ਵੀ ਦੇਖੂ, ਤੁਹਾਨੂੰ ਦਿਖਾਉਂਗਾ ਆਪਦੀ ਸ਼ਕਲ। ਚਲੋ ਓਕੇ ਬਾਏ ਬਾਏ ਗਾਈਸ, ਸੋ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਉਹਦੇ ਅਗਲੇ